ये क्या बनाने हो मम्मी? ये आज बना लगी हूँ। अस्सलाम वालेकुम माड़ियो पैनो ते माड़ियो पनेयो ते माड़ियो प्यारे प्यारे पनेयो। अल्लाह तुसा की अपनी सो माने च रखा ते सुबह बखैर ते अल्लाह तुसा की अपनी मंजिल पर खैरी सलामत पहुंचाए ते खैरी सलामत उठो अपने नमाज नाल ते अपनियां दुआवां नाल ते अल्लाह तुसा की अपने कम्मां पर खैरी मेरी गिणी जाए ते खैरी मेरी वापस आने। ते अज मैं बनाण लगी ने माड़ियो पनेयो हलवा पूड़ी, है ना। अज मैं हलवा पूड़ी बनाण लगी हाँ। हलवे वास्ते ऐ मैं थोड़ी जी रखी हुई है सूजी, ते ऐ पूड़ियां वास्ते मैं रखे वा मैदा, नाल थोड़ा जा नमक है वो अपनी मुताबक बाओ, जिस कर ना दिल करे बाओ, जिस ना दिल ना करे ना बाओ। ऐ मन पसंद घ्यो, ते इसने विच मैं हुण बनासा पूड़ियां ते नाल बनासा हलवा, ते फिर मैं अपनी भणैयां की दससा। माड़ियां भणैयां मिकी बहुत पसंद करनियां, बहुत प्यार करनियां, बहुत मुहब्बत करने आलियां ते प्यार करने आलियां इतनियां माड़ियां भणैयां। यकीन करो जिसने मिकी बाणियां ना हर गल माड़े नाल करनियां आनियां ने। खाला कल माड़ी भणैई कुसै कमेंट कीता, खाला तुसां ए लुड्डस बनाए ते लुड्डस च किसै ना ओह अलमी पाई ना। माड़िये धीए अपना अपना तरीका होना, अल्लाह तुसां की खुश रखे। तुसा माड़े नाल ज्यादियां मैर हो, माड़े नाल ज्यादियां चंगियां चीज़ां बनानियां। मैं तो बुढ़ी जनानी हाँ, मैं पहले जमाने दियां चीज़ां बनानियां। जिस तरह ना माड़ा माहौल सा, जिस तरह ना मैं अपने माँ प्यो को जाच सीखियां, सामने ये जमाना ही कौन सा लुडस शुडस ये तो होने भी कौन सन। तो सेवियां होनिया सन, सेवियां बनाओ, जोले बनाओ, वह भी मैं तुसा कि एक दिहाड़े दस सन। मैदे ने जोले पता ही पहले पहले जमाने में निके निके आटे ने मावरी बनानी होनी सन, आइया आइया आठा पर जोले तो वह बड़े सुआदी पकड़ने होने सन। तो लुडस शुडस ना तो असा तरीका असा की पता ही कौन सा। लुडस ना मतलब ये होना उसे लूडन, चलो जरा बड़ी भड़ेगा कि पता तुम्हें कि मैं तो क्या कर। ਉਹ ਮਾੜੀ ਧੀਏ ਫਿਰ ਉਸੇ 'ਚ ਤਾਂ ਬਣਿਆ ਜਾਂ ਉਹ ਉਸ ਨਾਲ ਉਹ ਜੁੜਨੇ ਨਹੀਂ ਹੈ। ਜੇ ਇਸ ਤਰ੍ਹਾਂ ਪਾਣੀ 'ਚ ਬਾਈ ਛੋੜੋ ਨਾ ਤਾਂ ਉਹ ਥੋੜ੍ਹੇ ਜਿਹੇ ਫਿੱਕਣ ਜੇ ਬੜੀ ਜਾਣੇ ਤਾਂ ਜੁੜੀ ਜਾਂਦੇ ਨੇ, ਹੈ ਗਥਾਵਾ ਜਾਂ ਗੁੱਤਾ ਕਿਰਨੇ ਨਹੀਂ ਹੋਣਾ। ਇਹ ਤਾਂ ਕੋਈ ਨਾ ਜਿਹੜੀ ਖਾਣੇ ਵਾਲੀ ਮਹਿਰ ਹੈ ਤੁਸੀਂ ਕੀ ਉਹ ਬਣੀ ਪਈ ਹੈ ਜੇ ਗੁਤਾਵਾ ਬਣੀ ਜਾਣਾ। ਅਸਾਂ ਕੀ ਤਾਂ ਪਤਾ ਹੀ ਕੋਈ ਨਹੀਂ ਜਾਂ ਕਿਵੇਂ ਫਿਰ ਬਣਾਉਣੇ ਤਾਂ ਕਿਵੇਂ ਖਾਣੇ। ਅਸਾਂ ਕੀ ਤਾਂ ਪਹਿਲੇ ਜ਼ਮਾਨੇ ਨੇ ਨਿੱਕੇ ਨਿੱਕੇ ਜੋਲੇ ਸਾਡੀਆਂ ਮਾਵਰੀਆਂ ਘੜਿਆਂ ਉੱਪਰ ਸੇਵੀਆਂ ਬਣਾਉਣੀਆਂ ਹੋਈਆਂ ਸਨੀਆਂ ਹੀ ਕਰੀ ਕੇ ਯਕੀਨ ਕਰੋ ਬੜਾ ਮਜ਼ਾ ਅੱਛਾ ਸਨ। ਨਾਲੇ ਦੂਈਆਂ ਸੇਵੀਆਂ ਹੋਣੀਆਂ ਸਨ ਮਸ਼ੀਨਾਂ ਵਿੱਚ ਆਟਾ ਵਿੱਚ ਬਾਈ ਕੇ ਤਾਂ ਇੰਨੀਆਂ ਪੁਰਗੇੜੋ ਤਾਂ ਥੱਲੂ ਮੈਂ ਨਿਕਲਣੀਆਂ ਸਨ। ਅਸਾਂ ਕੀ ਉਹ ਮਾੜੀ ਧੀਏ ਤਰੀਕਾ, ਉਹ ਹੁਣ ਚੀਜ਼ਾਂ ਥੱਲੀਆਂ ਕੋਨੀਆਂ ਤਾਂ ਹੁਣ ਬਣੀ ਬਣਾਈ ਹਰ ਚੀਜ਼ ਬਾਜ਼ਾਰੋਂ ਲੱਭੀ ਜਾਣੀ ਹੈ। ਤਾਂ ਹੁਣ ਮੈਂ ਬਣਾਉਣ ਲੱਗੀ ਹਾਂ ਜਿਹੜਾ ਮਿੱਕੀ ਤਰੀਕਾ ਸਾ ਹਲਵਾ ਪੁੜੀ ਨਾ, ਉਹ ਫਿਰ ਮੈਂ ਆਪਣੀਆਂ ਭਣੇਈਆਂ ਕੀ ਦੱਸ ਸਾਂ। ਅਤੇ ਹਲਵਾ ਪੁੜੀ ਦਾ ਮਕਸਦ ਇਹ ਹੋਣਾ ਜੇ ਤੁਸਾਂ ਦੀ ਮਰਜ਼ੀ ਆ ਖੋਪੇ ਛੋਪੇ ਬਾਹ ਜਮੀ ਉਹ ਹਲਵੇ ਪੁੜੀ ਨਾਲ, ਤਾਂ ਫਿਰ ਉਹ ਖੋਪਾ ਖਾਣ ਕੋ ਨਹੀਂ ਆਉਣਾ ਹੋਵੇ, ਵੈਸਾ ਹੀ ਕਰਾਉਣਾ ਪੈਣਾ। ਅਤੇ ਮੈਂ ਸਾਦਾ ਹਲਵਾ ਬਣਾਸਾਂ ਅਤੇ ਨਾਲ ਪੁੜੀਆਂ ਬਣਾਸਾਂ, ਅਤੇ ਫਿਰ ਮੈਂ ਆਪਣੀਆਂ ਭਣੇਈਆਂ ਕੀ ਜਿਸਲੇ ਬਣਾਸਾਂ ਅਤੇ ਫਿਰ ਮੈਂ ਦੱਸ ਸਾਂ। ਜੇ ਤੁਸਾਂ ਫਿਰ ਮਿੱਕੀ ਕੋਮਨ ਯਕੀਨ ਕਰੋ ਜਿਸਲੇ ਬਾਣੀਆਂ ਹੋਣਾ ਖਾਲਾ ਇਹ ਚੀਜ਼ ਹੈ ਕਿ ਤਾਂ ਤੁਸਾਂ ਦੂਈ ਗੱਲ ਬਾਈ ਜੇ ਖਾਲਾ ਰੋਜ਼ ਕੜੀ ਬਣਾਉਣੀ ਯਕੀਨ ਕਰੋ। ਹੁਣ ਤੁਸਾਂ ਸਮਝਦਾਰ ਹੋ, ਰੋਜ਼ ਹੁਣ ਕੀਮਾ ਖਾਣ ਹੋਣਾ ਨਹੀਂ ਖਾਣ ਹੋਣਾ ਨੇ, ਗੋਸ਼ਤ ਖਾਣ ਹੋਣਾ ਰੋਜ਼ ਨਹੀਂ ਖਾਣ ਹੋਣਾ ਨੇ, ਯਕੀਨ ਕਰੋ ਮੂੰਹ ਪਈ ਜਾਣਾ। ਤਾਂ ਫਿਰ ਕਿਆ ਕਰ ਰਿਹਾ ਹੁਣ ਖਾਲਾ, ਅਤੇ ਉਹ ਮੈਂ ਬਣਾਈ ਆਪੂ ਮੈਂ ਆਪਣੇ ਜੋਗੇ ਬਣਾਇਆ ਸਾਂ। ਫਿਰ ਇੱਕ ਦਿਹਾੜੀ ਨਬੀਲ ਜੋਗੀ ਵੀ ਕਿ ਕੜੀ ਬਣਾਉਣੀ ਪਏਗੀ, ਸਤੱਤੀ ਤੇਲ ਤੁਸਾਂ ਕੀ ਤੁਸਾਂ ਵਾਕਈ ਤੁਸਾਂ ਸਹੀ ਆਖ ਸੋ ਇੱਕ ਦਿਹਾੜੀ ਬਣਾਈ ਸੀ, ਪਰ ਦੂਏ ਦਿਹਾੜੇ ਦੋ ਦਿਹਾੜੇ ਬਾਅਦ ਫਿਰ ਖਾਲਾ ਮਾੜੀ ਕੜੀ ਬਣਾਈ, ਉਹ ਨਬੀਲ ਵਾਸਤੇ ਮੈਂ ਸਪੈਸ਼ਲ ਬਣਾਈ ਸੀ। ਅਤੇ ਫਿਰ ਮਾੜੀ ਵੀ ਫੇਵਰੇਟ ਹੈ, ਫਿਰ ਮਿੱਕੀ ਵੀ ਖਾਣੀ ਪਈ ਗਈ। ਮੈਂ ਆਖਿਆ ਹੁਣ ਦੋ ਘੰਟੇ ਘਰ ਬਣਾ, ਚਲੋ ਉਹ ਘੜੀ ਅਸਾਂ ਇਸਤੇਮਾਲ ਕਰੀ ਕਿਤੀ। ਅਤੇ ਥੈਂਕ ਯੂ ਤੁਸਾਂ ਨਾ ਬਹੁਤ ਮਿੱਕੀ ਚੰਗਾ ਲੱਗਣਾ ਜਿਸ ਤਰ੍ਹਾਂ ਮਾੜੀਆਂ ਬਣਾਈਆਂ ਮਿੱਕੀ ਇਹ ਗੱਲਾਂ ਬਾਣੀਆਂ ਅਤੇ ਇਹ ਮਿੱਕੀ ਦੱਸਣੀਆਂ, ਅਤੇ ਅੱਲਾ ਤੁਸਾਂ ਕੀ ਖੁਸ਼ ਰੱਖੇ। ਅਤੇ ਫਿਰ ਮਿਲਦੇ ਹਾਂ ਬਣਾਉਣੇ ਨਾ ਤਰੀਕਾ ਵੀ ਦੱਸੋ ਨਾ, ਤੇ ਫਿਰ ਬੰਦਾ ਬਣਾਏ ਨਾ ਉਹ ਕੁਝ ਮਜ਼ੇ ਨਾ ਆਪਣਾ ਕਿਸੇ ਨਾ ਤਰੀਕਾ ਹੋਣਾ ਮਾੜੀ ਜਿਹੀ ਉਹ। ਅਤੇ ਅੱਲਾ ਤੁਸਾਂ ਕੀ ਖੁਸ਼ ਰੱਖੇ ਤਾਂ ਤੁਸਾਂ ਦੀਆਂ ਆਂਡੀਆਂ ਮਿੱਕੀ ਸਭ ਨਾਲੋਂ ਚੰਗੀਆਂ ਲੱਗਣੀਆਂ ਜਿਹੜੀਆਂ ਮਾੜੀਆਂ ਭਣੀਆਂ ਬਾਣੀਆਂ ਅਤੇ ਦੱਸਣੀਆਂ ਆਪਣੀ ਖਾਲਾ ਕੀ। ਥੈਂਕ ਯੂ ਮਾੜੀ ਉਹ ਧੀਓ, ਅੱਲਾ ਤੁਸਾਂ ਕੀ ਖੁਸ਼ੀਆਂ ਦੇ ਹਾਂ ਇਹ ਸਾਫ਼ ਸੁਥਰਾ। ਅਤੇ ਅਸਾਂ ਆਪਣੇ ਹੁਣ ਮੁਤਾਬਕ ਬਣਾਸਾਂ ਮਾੜੀ ਉਹ ਧੀਓ, ਥੋੜ੍ਹੀਆਂ ਜਿਹੀਆਂ ਜੱਕੀਆਂ ਫਿਰ ਆਡੀਆਂ, ਫਿਰ ਤੁਸਾਂ ਪਤਾ ਮਿੱਠਾ ਆਡਾ ਖਾਣ ਕੋ ਨਹੀਂ ਆਉਣਾ।
ते उतनियां असां गलासां जितनियां असां मावां तियां त्रै बंदे असां खाई के ना ते फिर बाद च तुसां ने अंकल छन्ना ते जिसलै एह् बनाई रस्ता ना फिर तुसां कि इक में निक्की जी होर अपनी खुशखबरी सुनासां ते तुसां माड़े वास्तै दुआवां करेआ जे ते माड़े पुत्रे दे वास्तै ते माड़ी नूंह वास्तै अल्लाह उन्हां की भी कामयाबी देवे। मैं तुसां की कमेंट कीता सा जे माड़े पुत्रे ने फटाफट बनाओ सब्सक्राइब करो ते फैलो बनाओ ते जल्दी जल्दी माड़े पुत्रे ने करो कमेंट करो ते फटाफट जेहड़े हजार रहने ने मिंटां च खत्म हो जाए ते माड़े पुत्रे की ओह लब्भे गिफ्ट ते फिर ओह तुसां नाल दसे ते कईआं वैसे ते तुसां नाल सब कुछ चलना पिया वा उस नाल कि इतना खुश होना जो आखना माड़ी इतनी उत्ते इंग्लैंड बिलादरी है इतनी माड़िया मासियां नानियां गिफ्ट देने आलियां प्यार करने आलियां दावत करने आलियां हजे तिकर उसने दावत ने सिलसिला चलना पिया वा उसने एक आंटी उत्ते रहनी अज उसने दावत पर गए हुए ने ते अल्लाह उन्हें की खाना नसीब करे ते अल्लाह जिन्ना की जिन्ना बुलाया खाने पर अल्लाह उन्हें की कामयाबी देवे ते अल्लाह माड़िया बच्चिया सारिया के खुश रखे ते जीणिया रहो ते बसने रहो नेक रहो ते अल्लाह तुसें की खुशियां देवे डे डे सारियां खाला दियां इतनियां 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 दुआवां ने। मैं थोड़ा जिहा मलाई विच घ्यो भी बहन लगी हाँ जे इस घ्यो ना तां है जां इस नाल थोड़ियां जिहियां जिहड़ियां पुड़ियां होणियां ने ना ओह माशाअल्लाह जरा एक सही इयां पोलियां पोलियां हो जाणियां ने सुकणियां नहीं ते इस वजह तो फिर थोड़ा जिहा मैं बहन लगी हाँ घ्यो ते फिर मैं आटा गुनसा आटा तुसा इस तरह इस ना भी गुनना जिम्मे अपना आटा गुनने ना ना बूं पतला हो ना बूं डाढ़ा हो सोहना जहा आटा हो दो मिनट इसकी गुन्नी ना दस मिनट इं रखी छोड़ सा इसकी थोड़ी जी रस हो जासी ना फिर इस पुड़िया शादी पर नहीं हो जी बनाने होने सुबह सुबह पुड़िया होर होनी ने वो तो खान भी नहीं होनी हलवा पूरी हाँ वह पुड़ियाँ वह होर बनानियाँ वह भू घ्यो वाली होनियाँ वह तो इतनियाँ घ्यो वाली इन्हें चौड़ा प्या बना घ्यो वह नहीं चलिए लगनी वह एक मिठिया भू होनी मिठिया होनी मिठिया नहीं होनी इसका मतलब यह होना ना हलवे पुड़ी ना जे नाल हलवा होना ना यह पुड़ियाँ जड़िया ने ना फिकिया फिकिया होनी ने तो फिर ये तो सुनती थोड़े जो माड़ी ती माड़े को पतला हो जाने चलो मैं थोड़ा जहा इसकी कड़कड़ा करी कहनी हाँ इसकी तो समाड़ी ती इं जरा ना इं है जरा ना जर्सी कलाई के तो काम नहीं होना जो जर्सी ना लाओ तो हूँ है इं माड़ी इं तली नाल जरा ना इं इसकी मलना इं रस देनी इसकी रसाई के मलना फिर रस्सी भी हो गए ना जरा आटा फिर पुड़ियाँ जड़िया ने ना सोहनियां बनियां अल्लाह माड़िए धियो तुसें की खुश रखे ते अल्लाह तुसें की खाना नसीब करे ते अल्लाह सही गल है मूँह चंगियां बनाइयां अज तुसें मी वजह तो मैं अज तक मैं कुत्थै नहीं कुत्थै पहुंची गई हाँ मैं क्या सांक समें चिट्टी अनपढ़ औरत तको नाल पता ही भैणा भरावां ना साथ होवे ना ते तां इंसान कामयाब होना ने भैणा भरा जेहड़े ने ना बड़ियां चंगियां चीज़ां ने भैणा भरा सारे ये नहीं सारे एक जे भैणा भरा होने भैणा भरावां च बड़ा बड़ा फर्क होना अपने भैणा भरावां नाल मुहब्बत करिया करो प्यार करिया करो अपने भैणा भरावां नाल जुड़े रहे करो ते सारियां तो को टेंशन सारियां मुसीबतां सब कुछ दूर हो जाना इसी जोर का बस कुछ ना इस कुछ नहीं पाने जीरा नहीं बने होने ना ना इस नहीं पाने एक पुड़ियां बनासा ना पुड़ियां हलवा पुड़ी बुझे ने हलवा पुड़ी ना बुझे खादा कदे नहीं खादा कदे नहीं आज चलो खाई के लिए मैं हूँ मरिए तीन मैं तैयार करी के रखी छोड़िया और थोड़ी देर तैयार रसी ना ऐ तक क्या ने फिर बनासा पुड़ियां फिर मैं अपनी पुड़ियां की दस सा गोभी भी बनाई बनाई तक खाई खाई तक तंग पे हूं बनासा सही एक दिहाड़े मिक्स सब्जी
ਗਾਜਰਾਂ ਤੇ ਮਟਰ ਤੇ ਗੋਭੀ ਤੇ ਆਲੂ। ਅੱਜ ਮੈਂ ਥੋੜ੍ਹੇ ਜਿਹੇ ਗੋਂਗਲੂਆਂ ਦੇ ਸਾਲਣ ਖਾਣੇ ਆ। ਗੋਂਗਲੂਆਂ ਦਾ ਸਾਲਣ ਵੀ ਯਕੀਨ ਕਰੋ ਇੰਨਾ ਵਿੱਚ ਸਹੀ ਟਮਾਟਰ ਪਏ ਵੇ ਹੋਣ ਬੜੇ ਸਵਾਦ ਦੇ ਹੋਣ। ਅਸਾਂ ਹੁਣ ਇਸ ਵਿੱਚ ਵੀ ਥੋੜ੍ਹੇ ਜਿਹੇ ਹੁਣ ਬਾਸਾ ਨਾਲ ਅੰਮੀ ਉਹ ਤੇਲ ਚਾਹੀਦੇ ਨੇ ਬਾਹਾਂ 'ਚ ਮਾੜੀ ਧੀਓ। ਮੈਂ ਹੁਣ ਵਿੱਚ ਪਾਈ ਛੁੜਿਆ ਲਸਣ ਅਤੇ ਅਦਰਕ ਅਤੇ ਜ਼ਿਆਦਾ ਇਸ ਕੀ ਸੂਹਾ ਨਾ ਕਰਿਆ। ਜੇ ਜ਼ਿਆਦਾ ਸੂਹਾ ਆਈ ਜਾਣਾ ਤਾਂ ਫਿਰ ਉਹ ਘੋਲੀ ਵਾਲੇ ਖਾ ਲਏ ਜਾਣੇ ਨੇ ਟਮਾਟਰ। ਹੁਣ ਮੈਂ ਟਮਾਟਰ ਖਾਣ ਪੀਣੀ ਆ ਗੋਂਗਲੂ ਕਾਲੇ ਕਾਲੇ ਜਾਣੇ ਨੇ ਥੋੜ੍ਹੇ ਥੋੜ੍ਹੇ ਜਿਵੇਂ ਬਰਾਊਨ ਬਰਾਊਨ ਹੋਣ। ਮਾੜੀਓ ਧੀਓ ਅਤੇ ਮਾੜੀਓ ਭੈਣੋ ਅਤੇ ਮਾੜੀਓ ਭਣੇਓ, ਅੱਲਾ ਤੁਸੀਂ ਕੀ ਖੁਸ਼ ਰੱਖੇ ਯਕੀਨ ਕਰੋ। ਕੱਲ੍ਹ ਤਾਂ ਥੋੜ੍ਹੀ ਜਿਹੀ ਫਿਰ ਥੋੜ੍ਹੀ ਜਿਹੀ ਧੁੱਪ ਥਈ ਸੀ, ਅੱਜ ਤਾਂ ਮੱਲੂ ਯਕੀਨ ਕਰੋ ਧੁੱਪ ਕੋਨੀ ਅਤੇ ਇਹ ਤਾਂ ਕੋਰਾ ਇਤਨਾ ਪੈਣਾ ਪਿਆ ਵਾ ਨਾ ਅਤੇ ਇਹ ਇੰਨਾ ਹੱਥ ਠੰਡੇ ਹੋਏ ਨੇ ਅਤੇ ਗੈਸਾਂ ਉੱਪਰ ਥੋੜ੍ਹਾ ਜਿਹਾ ਕਰਨ ਲੱਗੀ ਸਾਂ ਕੰਮ। ਮੈਂ ਹੈ ਚਲੋ ਗੈਸਾਂ ਉੱਪਰ ਕਰੀ ਕਿੰਨੀ ਹਾਂ ਅਤੇ ਉਹ ਸਾਡੀ ਕਿਚਨੇ ਨੀ ਬਿਜਲੀ ਵੀ ਥੋੜ੍ਹੀ ਜਿਹੀ ਖਰਾਬ ਹੋਈ, ਬਲਫ ਕੋ ਨਹੀਂ ਬਲਨੇ ਸਨ ਅਤੇ ਨਾਲੇ ਯਕੀਨ ਕਰੋ ਉੱਥੇ ਤਾਂ ਮਾੜੀ ਲੱਤ ਜਿਹੜੀ ਹੈ ਨਾ ਆਈ ਆਕੜੀ ਗਈ। ਫਿਰ ਮੈਂ ਸਿਧਰਾ ਕੀ ਆਖਿਆ, ਮੈਂ ਸਿਧਰਾ ਹੀ ਗਿਆ, ਕੰਮ ਨਹੀਂ ਬਣਨਾ, ਅੱਗ ਬਾਲਨੇ ਆ। ਹੁਣ ਬਾਲੀ ਫਿਰ ਅੱਗ ਅਤੇ ਅੱਗ ਉੱਪਰ ਰੱਖੀ ਆਂਡੀ ਅਤੇ ਮੈਂ ਹੈ ਨਾਲ ਥੋੜ੍ਹੇ ਜਿਹਾ ਹੱਥ ਸੇਕੀ ਅਤੇ ਨਾ ਯਕੀਨ ਕਰੋ ਬੂ ਇਹ ਖਾਲੀ ਹੈ। ਇਹ ਤਾਂ ਕੋ ਗੋਂਗਲੂ ਵਿੱਚ ਨਹੀਂ ਅਤੇ ਮਾੜੇ ਇਹ ਤਾਂ ਕੋ ਪੋਟੇ ਇੰਨਾ ਹੋਏ ਵੇ ਨੇ ਨਾ ਠੱਡੇ ਸਾਰ ਅਤੇ ਬੂ ਸਰਦੀ ਪੈਣੀ ਪਈ ਵੀ ਹੈ। ਲਾ ਮਾੜੀਏ ਧੀਓ ਤੁਸੀਂ ਕਿ ਵੀ ਆਪਣੀ ਮੰਜ਼ਿਲ ਉੱਪਰ ਖੈਰੀ ਸਲਾਮਤ ਪਹੁੰਚਾਏ ਅਤੇ ਇੰਗਲੈਂਡ ਤਾਂ ਵੈਸੇ ਵੀ ਸਰਦੀ ਬਹੁਤ ਆਉਣੀ ਹੈ ਅਤੇ ਮਾੜੀਆਂ ਜਿਹੜੀਆਂ ਇੱਥੇ ਪਾਕਿਸਤਾਨ ਮਾੜੀਆਂ ਭੈਣਾਂ ਰਹੀਆਂ ਨੇ ਅਤੇ ਪੜ੍ਹਾਈਆਂ ਅਤੇ ਮੈਂ ਉਹਨਾਂ ਕੀ ਵੀ ਆਖਣੀਆਂ ਆਪਣਾ ਟਾਈਮੇ ਨਾਲ ਬਣਾਈ ਕਿੱਦਾਂ ਕਰੋ। ਇੱਕ ਤਾਂ ਬਿਜਲੀ ਲਾ ਰਾਤੀ ਲੱਗੀ ਜਾਣੀ, ਟਾਈਮੇ ਨਾਲ ਬਣਾਈ ਬਣੀ ਬਰਤਨ ਛੱਤਨ ਧੋਈ ਨਾ ਅਤੇ ਡਿਗਰੀ ਵਾਲੇ ਫਾਰਗ ਹੋਈ ਜਾਇਆ ਕਰੋ। ਜਿਨ੍ਹਾਂ ਦੀਆਂ ਗਲੀਆਂ ਮੰਜੀਆਂ ਚੋਲੀਆਂ ਨੇ ਮਾੜੀਆਂ ਭੈਣਾਂ ਉਹਨਾਂ ਕੀ ਥੋੜ੍ਹਾ ਜਿਹਾ ਫਿਰ ਟਾਈਮ ਲੱਗਣਾ, ਗੁਤਾਵੇ ਛਤਾਵੇ ਬਣੀਆਂ, ਫਿਰ ਮੰਝ ਚੋਵੋ ਗਾਂ ਚੋਵੋ, ਫਿਰ ਅੰਦਰ ਅੱਛਣਿਆ ਤੀਕਰ ਫਿਰ ਹਨੇਰਾ ਪਈ ਜਾਣਾ। ਟਾਈਮੇ ਨਾਲ ਬੰਦਾ ਕਰੀ ਕਿਣੇ ਨਾ ਥੋੜ੍ਹਾ ਜਿਹਾ ਇਹ ਕਿਸੇ ਨਾ ਕੰਮ ਅਤੇ ਟਾਈਮੇ ਨਾਲ ਮੁੱਕੀ ਜਾਏ ਤਾਂ ਉਹ ਫਟੋਫਟ ਉਹ ਚੰਗਾ ਹੋਣਾ। ਅਤੇ ਇੱਥੇ ਦੀਆਂ ਜਿਹੜੀਆਂ ਮਾੜੀਆਂ ਪੜ੍ਹਾਈਆਂ ਨੇ ਉਹ ਨਾ ਕੀ ਆਖਣੀ ਪਈਆਂ, ਜਿਹੜੀਆਂ ਚੁੱਲ੍ਹਾ ਇਸਤੇਮਾਲ ਕਰਨੀਆਂ ਨੇ, ਜਿਨ੍ਹਾਂ ਨੇ ਅੰਦਰ ਹੀਟਰ ਲਗੇ ਹੋਏ ਨੇ ਉਹਨਾਂ ਕੀ ਤਾਂ ਠੀਕ ਹੈ, ਜਿਨ੍ਹਾਂ ਨੇ ਨਹੀਂ ਲਗੇ ਹੋਏ ਉਹਨਾਂ ਰੱਖੀਆਂ ਹੋਣੀਆਂ ਜਾਂ ਐਡੀਆਂ ਐਡੀਆਂ ਮਿੱਟੀ ਦੀਆਂ ਕਿਸੇ ਨਾ ਬਣਾਈ ਕੇ ਅੰਗੀਠੀਆਂ ਤਾਂ ਕੋਈ ਬੱਚਿਆਂ ਨੇ ਅਤੇ ਜਨਾਨੀਆਂ ਬੁੱਢੀਆਂ ਨੇ ਘਰ ਜ਼ਹਿਨ ਨੇ ਤਾਂ ਕੋਣ ਇਸ ਕੀ ਹੋਣਾ। ਇਸ ਨਾਲ ਮਾਸ਼ਾਅੱਲਾ ਜ਼ਹਿਨ ਸਹੀ ਕੰਮ ਕਰਨਾ, ਇਸ ਯਾਦ ਰੱਖੀ ਹੋਈ ਅੰਗੀਠੀਆਂ ਮਿੱਟੀ ਦੀਆਂ ਅੰਗੀਠੀਆਂ ਤਾਂ ਅੱਜ ਕੱਲ੍ਹ ਲੋਹੇ ਦੀਆਂ ਵੀ ਆਈਆਂ ਵਾ ਅਤੇ ਜਿਤਨਾ ਮਿੱਟੀ ਦੀਆਂ ਅੰਗੀਠੀ ਵਿੱਚ ਸਵਾਦ ਆਉਣਾ ਨਾ ਯਕੀਨ ਕਰੋ ਇੰਨਾ ਗਰੋਲੋ ਤਾਂ ਨਾਲ ਖਤਰਾ ਵੀ ਕੋਈ ਆਉਣਾ। ਚਲੋ ਨਿੱਕਾ ਬੱਚਾ ਵੀ ਕਦੇ ਬਹੀ ਜਾਏ ਤਾਂ ਸੜਨੇ ਸੁਣਨੇ ਨਾ ਕੋਈ ਆਉਣਾ। ਮਿੱਟੀ ਠੱਡੀ ਆਉਣੀ ਹੈ ਅਤੇ ਜਿਹੜੀ ਆਉਣੀ ਹੈ ਨਾ ਲੋਹੇ ਵਾਲੀ ਉਹ ਥੋੜ੍ਹੀ ਜਿਹੀ ਤੱਤੀ ਆਉਣੀ ਹੈ। ਨਿੱਕਾ ਬੱਚਾ ਬੈਠਾ ਹੋਣਾ, ਮਾਂ ਅੱਗੇ ਪਿੱਛੇ ਜਾਣੀ, ਕੋਈ ਹੱਥ ਮਾਰੇ ਹੱਥ ਸੜੀ ਜਾਣਾ ਅਤੇ ਡਰ ਲੱਗਣਾ ਇਸੇ ਮਾਰੇ। ਅਤੇ ਮਾੜੀਓ ਭੈਣੋ ਜਿਹੜੀਆਂ ਇੱਥੇ ਰਹਿਣੀਆਂ ਨਾ ਆਪਣੇ ਟਾਈਮੇ ਨਾਲ ਕੰਮ ਮੁਕਾਇਆ ਕਰੋ। ਬੂਹ ਸਰਦੀ ਪੈਣੀ ਪਈ ਹੈ ਅਤੇ ਮਾਲ ਬੱਚਾ ਵੀ ਰੱਖਿਆ ਵਾ ਹੋਣਾ ਅਤੇ ਇਸੇ ਟਾਈਮ ਟਾਈਮੇ ਨਾਲ ਬਣਾਈ ਅਤੇ ਬਿਜਲੀ ਨੇ ਜਾਣੇ ਤੋਂ ਪਹਿਲੇ ਪਹਿਲੇ ਅੰਦਰ ਬੜੀ ਜਾਇਆ ਕਰੋ। ਹੁਣ ਤਾਂ ਅੱਲਾ ਨਹੀਂ ਰਹਿ ਮਾਤੇ ਹਰ ਭੈਣ ਔਰ ਮਾੜੇ ਜਿਹੜੇ ਥੋੜ੍ਹੇ ਜਿਹੇ ਜਿਹਨਾਂ ਕੋਲ ਨਹੀਂ ਹੈ ਉਹ ਵੀ ਮਾਸ਼ਾਅੱਲਾ 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 ਮੈਂ ਹਜ਼ਾਰ ਵਾਰ ਮਾਸ਼ਾਅੱਲਾ ਉਹਨਾਂ ਕੀ ਆਖਾਂ। ਉਹਨਾਂ ਨੇ ਘਰ ਵੀ UPS ਲਗੇ ਹੋਏ ਨੇ, ਬਿਜਲੀ ਨਾ ਕੋ ਨਹੀਂ ਸੁਣਾਉਣਾ, ਚਲੋ 2 ਘੰਟੇ ਤੋਂ ਬਾਅਦ ਬਿਜਲੀ ਆ ਜਾਣੀ ਹੈ ਉਤਨੀ ਦੇਰ UPS ਕੱਢੀ ਜਾਣਾ। ਅਤੇ ਸ਼ੁਕਰ ਅਲਹਮਦੁਲਿਲਾ ਮਾੜੀਓ ਭੈਣੋ ਅੱਲਾ ਤੁਸਾਂ ਕਿ ਖੁਸ਼ ਰੱਖੇ ਮਾੜੀਆਂ ਪਾਕਿਸਤਾਨੀਆਂ ਭੈਣਾਂ ਕਿ ਜਿਹੜੀਆਂ ਮਾੜੀਆਂ ਪਾਕਿਸਤਾਨ ਵਿੱਚ ਰਹਿਣੀਆਂ ਰੱਟਾ ਰਹਿਣੀਆਂ ਇੱਧਰ ਕਟਾੜ ਰਹਿਣੀਆਂ ਇੱਧਰ ਉੱਧਰ ਜਿੱਥੇ ਜਿੱਥੇ ਰਹਿਣੀਆਂ ਸਾਰੀਆਂ ਕਿ ਅੱਲਾ ਖੁਸ਼ ਰੱਖਾ। ਖਾਦਮਾਂ ਬਾਅਦ ਵੀ ਮਾੜੀਆਂ ਭੈਣਾਂ ਬਹੁਤ ਸਾਰੀਆਂ ਰਹਿਣ ਵਾਲੀਆਂ, ਪਿਆਰ ਕਰਨ ਵਾਲੀਆਂ, ਮੁਹੱਬਤ ਕਰਨ ਵਾਲੀਆਂ ਮਾੜੇ ਆਪਣੇ ਗ੍ਰਾਹਾਂ 'ਚ ਜਿਹੜੀਆਂ ਜਿਸ ਗ੍ਰਾਹਾਂ 'ਚ ਮੈਂ ਰਹਿਣੀ ਹਾਂ ਇਤਨੀਆਂ ਯਕੀਨ ਕਰੋ ਪਿਆਰ ਕਰਨੀਆਂ ਮੁਹੱਬਤ ਕਰਨੀਆਂ ਇਤਨਾ ਅੱਛਣੀਆਂ ਪੁੱਛਣੇ ਵਾਸਤੇ ਦੱਸਣੇ ਵਾਸਤੇ ਅਤੇ ਖੁਸ਼ ਰਹੋ ਤਾਂ ਆਬਾਦ ਰਹੋ। ਤੁਸੀਂ ਸਿੱਧੀ ਮਿਰਚਾਂ ਨਾ ਬਣੀਆਂ ਅੱਜ ਮੈਂ ਇਹ ਮਿਰਚਾਂ ਬਸ ਗੋਂਗਲੂ ਨੇ ਇਹ ਇਸ ਦੀਆਂ ਮਿਰਚਾਂ ਨਾਲ ਅਤੇ ਨੀਲੀਆਂ ਮਿਰਚਾਂ ਨਾਲ ਯਕੀਨ ਕਰੋ ਬੜਾ ਸਵਾਦ ਆਉਣਾ ਨੇ। ਬੜੀ ਕਰਾਰੀ ਕਰਾਰੀ ਹਾਂਡੀ ਬਣਨੀ ਜ਼ਰਾ ਜਿਹੜਾ ਨਾ ਆਈਆਂ ਥੋੜ੍ਹਾ ਜਿਹਾ ਮੈਂ ਮਰੋੜੀ ਕੇ ਬਾਹਰ ਛੋੜਨੀ ਆ ਵਿੱਚ ਖੁਸ਼ਬੋ। ਤੁਸੀਂ ਇਹ ਵੀ ਮਾੜੀਆਂ ਭੈਣੋ ਮਜ਼ਾਈ ਕੇ ਪੱਕੀ ਕਿਣਿਆ ਕਰੋ ਜਿਹੜੀ ਚਿੱਟੇ ਵੇ ਨੇ ਸੁੱਕੇ ਥੰਦੇਲਾਂ ਨੇ ਖੁਸ਼ਬੋ ਇਤਨੀ ਨਹੀਂ ਹੋਣੀ ਜਿਤਨਾ ਹੈ ਤੱਕ ਇਸ ਤਰ੍ਹਾਂ ਮਰੋੜੀ ਕੇ ਬਹੁ ਨਾ ਉਸ ਨਹੀਂ ਖੁਸ਼ਬੋ ਜ਼ਿਆਦਾ ਹੋਣੀ ਹੈ। ਇਹ ਇਸ ਨਾਲ ਕਿਆ ਸਿਸਟਮ ਉਸੀ ਫਿਰ ਤੁਸੀਂ ਮਿੱਟੀ ਜਿਹੜੀਆਂ ਮਾੜੀਆਂ ਇੱਥੇ ਹੀ ਬਣਾਈਆਂ ਰਹਿਣੀਆਂ ਉਹ ਵੀ ਮਿੱਟੀ ਕਮੈਂਟ ਕਰਿਆ ਕਰੋ। ਅੱਲਾ ਤੁਸੀਂ ਕੀ ਖੁਸ਼ ਰੱਖਿਆ ਭਾਈ ਆਏ ਨੇ ਆਮਨਾ ਹੈ ਨਾ।
आसम भी तकना उसी तू की इकराम भी तकना उसी अजान भी आखना उसी मारे चाचू आए ने मामी ने कहा खुश हो सी तू की तकी क्या है बड़ी जीवा सर करीब करीब ना साने भी माँ पे वो कॉल हो ना यार तो साढ़े वास्ते भी किन्हीं अच्छे ना रहे तो कौन है बड़ी जीवा सर चाट 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 क्या है बिसम खोली के पकाने के समोसा चलो हाय 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 ये जिन्हें ये चीज़ खाना है तो फिर ये उन खाए कैसी चीज़ फिर आखिरी आज भी ना चूसा बनाओ आज भी ना बनाया जी आज भी चावल ना बनाया जी और ये जिन्हें चीज़ खाई जाए मेरे को तो दिल करे फिर ऐसा उन दो बुढ़े बुढ़ा ऐसा कर लिया उन क्या कहाँ तो क्या खाऊँ बड़िया पड़ियाँ आखनिया होनिया ने खाला रोज कढ़ी बनानी फिर असा इही चंगी लगनी असा इही पकाई तो फिर खानी है ना मड़िए धीओ माड़ा सालन हो गया ने तैयार गोंगलवा ना यकीन करो इतना स्वादी तो करारा बनया वा ना इन्हों च गोंगलवा च बस थोड़े जे टमाटर नीलिया मरचा जड़िया ने ना वो ज्यादा चाहनी आनिया ने तो सूई मरचा ना लो ए तक मैं हूँ इन्हों दुईया मोटिया मरचा दलड़ मरचा पाइया कोई पता चलना पा वा हल्दी पई भी है जे तक उन्होंने भी रंग तक किस तरह सुरख सुरख तो सोहना सोहना सही गल गरम गरम हूँ फुलका पकया वा वे ना तो बंदा फटाफट गरम गरम खाई देना तो हूँ माड़ी धीओ हूँ मैं बनासा पुड़िया फिर हलवा तो फिर मैं अपन भणैया की दससा तो फिर मैं अपनी भणैया की आखसा जल्दी जल्दी आओ तो जल्दी जल्दी अच्छी कह तो माड़े नाल बही के सर्दियों हलवा पुड़ी बहुत चंगा लगना जी सर्दी पी भी होनी है तो गरम गरम हलवा पुड़ी खाओ तो बड़ा मजा आई जाए हलवा बंसी में पहले हलवा बना सन जो हलवा बनाई रहे सन फिर पुड़ियाँ बना सन पुड़ियाँ जड़िया घ्यो निकली आया सूजी बिच माशाल्लाह थोड़ी जी भुजी जासी फिर हलवा बनाई तो रखी छोड़ सन फिर बनासा पुड़ियाँ माली की सुबह सुबह आई गया हम मैं बाहर लगी हूँ पानी कितना सोहना कलर रहा अल्लाह नसीब करे बड़ी धीओ खाना हर बंदे की अल्लाह सारे की खुशियां देवे तो खाना नसीब है हर किसी की करे अल्लाह ताला मैं तो सही पूछो माड़ी धीओ अंदाजे तो बहनिया मैं नापनी नुपनी को नहीं कोई कोई माड़िया भैन होनी जितनी सूजी होनी है उतनी चीनी तो कद कद चीनी जड़ी है ना उस चीज़ का तू ज्यादा अवर रोई जानी ज्यादा मिठा आई जाना बंदा थोड़ा जा चेक करी कि जितनी हूँ माड़ी है अरका भी अद्धी एक चीनी सूजी नहीं सी जाना हूँ इतनी हूँ चीनी बाही छोड़ा तो वह तो बहुत अवर हो जाए वो मैं अपने मिठा अपने अपने हिसाब ना बंदा बना कितना कोई खाना कितना नहीं खाना थोड़ा जो पानी थे ना थोड़ा जहा खुशक हो जाए थोड़ा जो जिसल इधरों इधर तेल निकल सी ना प्यो तको माड़ी धीओ ऐ तक ने कढ़ाई भी घ्यो किरिया वा ऐ तक ने साफ सुथरी कढ़ाई हम भी इसकी कोई मसला नहीं हूँ मैं इस पुड़ियाँ बना सी कोई भी नहीं है भैया ये खराब हुई भी है तो ये चीज़ लगी भी है ये लगी भी है आरामे नाल मैं इस बनाई सकनी हाँ पुड़ियाँ पुड़ी के हलवा बना सो इतनी इतनी गोल गोल करी ना नहीं
ਇਨੇ ਕਿ ਤੱਕ ਦਾ ਬੜਾ ਕਰਸੋ ਇਨਾ ਕਿ ਬਸ ਇਤਨਾ ਬੜਾ ਕਰਸੋ ਕਦਮ ਲਾ ਰਹਿਮਾਨ ਹੈ ਵੀ ਐ ਤਾਂ ਕੋ ਮੜੀ ਤੀਓ बड़ी नी फुली गई माड़ी है ना माड़ी तीयो है इसकी आखने ने पूड़ी हलवा पूड़ी अल्लाह माड़ी भनी आई तुसा की जल्दी जल्दी घिनी इच्छा तो फिर खाला तुसा की बनाई बनाई खाने खवाले तो फिर तुसा खाओ खाला ने हत्था ने पक्के वे देसी खाने देसी आ वलैती वलूती को नहीं माड़ी तीयो जो कुछ खाला की बनाना अच्छा खाला बनाई बनाई अपनी धिया की खवाले दसी छोड़ी है ना जे इस तरह मैं बनानी है जिसले सारियां बनासा ना फिर मैं अपनी भनेईयां की दसां